अस्सलाम वालेकुम जनाब, आप देख रहे हैं उकाड़ा एनिमल टीवी और मैं आपका मेज़बान राय साकब अली। जिदा कि भरावान लिए हर रोज़ मुख्तलिफ जानवरों की वीडियो लैके हाजिर होता है। साड़ी लोकेशन चीचावतनी मंडी, अल्लाह के हुक्म नाल बड़ी सरदार मंडी है जी। ऐड सलाम तो लैके तो ऐड लुटन तिकर मेरे भरा जानवर लैके आते हैं नीली दे। नीली की जनाब यह बड़ी सरदार मंडी है ਅਤੇ ਜਿਹੜੇ ਮੇਰੇ ਭਰਾ ਸ਼ੌਕ ਕਰਦੇ ਨੇ ਦੂਰ ਦਰਾਜ ਇਲਾਕਿਆਂ ਜਾਂ ਦੂਸਰੇ ਮੁਲਕਾਂ 'ਚ ਬੈਠੇ ਸਾਡੇ 'ਤੇ ਸਮਾਜ ਜਾਂ ਭਰੋਸਾ ਕਰਕੇ ਜਾਨਵਰਾਂ ਦੀ ਖਰੀਦਦਾਰੀ ਕਰਦੇ ਨੇ ਅਤੇ ਬਾਕੀ ਆ ਢੇਲੀ ਨੂੰ ਪਰਾ ਕੱਢੇ ਨੇ, ਡਰਦੀ ਥੋੜ੍ਹੀ ਜੀ ਮੇਰੇ ਤੋਂ ਕੋਟ ਕੋਟ ਪਾਇਆ ਜਨਾਬ। ਦੂਸਰਾ ਵਾਰਾ ਡਿਲੀਵਰ ਕੀਤਾ ਝੂਟੀ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਅੱਜ ਦਿਹਾੜਾ 11 ਤਰੀਕ ਇਹ ਬੁੱਧ ਦਾ ਦਿਹਾੜਾ ਅਤੇ 2023 ਜਨਵਰੀ ਦਾ ਮਹੀਨਾ ਅਤੇ ਗੁਜਰਾਂ ਕੋਲ ਮੱਝੀ ਹੈ ਅਤੇ ਅੱਲਾਹ ਦੇ ਹੁਕਮ ਨਾਲ ਗੁਜਰ ਹੀ ਵੱਡੇ ਜਿਗਰੇ ਨਾਲ ਹੀ ਹੋ ਜੀਆਂ ਮੱਝੀ ਦੀ ਖਰੀਦਦਾਰੀ ਕਰਦੇ ਨੇ। ਅਤੇ ਦੂਸਰਾ ਵਾਰਾ ਇਹਨੇ ਸੂਣ ਨੂੰ ਸੂਈ ਹੋਈ ਹੈ, ਕੱਟਾ ਅਤੇ ਮੱਝ ਦੀਆਂ ਬੰਤਰਾਂ ਸਾਰੀਆਂ ਵਿੱਚ ਚੈੱਕ ਕਰਨੀਆਂ ਨੇ। ਮਾਸ਼ਾਅੱਲਾ ਸਿੰਗਲ ਹੱਡੀ ਖੁੱਡਾ ਪੁੱਠਾ ਬਿਲਕੁਲ ਪਿੱਛੋਂ ਚੈੜੀ ਅਤੇ ਅੱਗੋਂ ਕਹਿੰਦੀ ਹੈ। ਮੇਰੀ ਮਿਹਨਤ ਇਹ ਹੀ ਹੈ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਲੱਗੀ ਬੈਲ ਦੀ ਘੰਟੀ ਨੂੰ ਦਬਾਓ ਤਾਂ ਕਿ ਭਰਾਵਾਂ ਤਿੱਕਰ ਇਹੋ ਜਿਹੇ ਅਨਮੋਲ ਹੀਰਿਆਂ ਦੀ ਵੀਡੀਓ ਬਾਸਾਨੀ ਪਹੁੰਚ ਸਕੇ। ਅਤੇ ਕੈਮਰਾਮੈਨ ਸਾਹਿਬ ਤਸੱਲੀ ਕਰਾ ਰਿਹਾ ਹੈ, ਬਿਲਕੁਲ ਜੀ ਖਾਲਸ ਦੁੱਧ ਵਾਲਾ ਬਹਾਨਾ ਹੈ, ਪੂਰਾ ਫੁੱਟ ਚੈੜਾ ਅਤੇ ਮੱਝੀ ਵੀ ਸਰਦਾਰ ਹੈ ਬਿਲਕੁਲ ਜਨਾਬ। ਨਵਾਬ ਝੋਟੀ ਪਿੱਛੋਂ ਚੈੜੀ ਅਤੇ ਅੱਗੋਂ ਸੇਵੀਂ ਬਿਲਕੁਲ ਅਗਾਂਹ ਟੈਂਦੀ ਹੈ ਅਤੇ ਇੱਥੇ ਜਨਾਬ ਵੀ ਹੀ ਪੁੱਜ ਗਈਆਂ ਨੇ ਮੁਕੰਮਲ ਜੱਤਲ। ਅਤੇ ਇਹਨੂੰ ਕੀ ਸਾਦੇ 'ਚ ਬੂਰੀ ਜਨਾਬ ਰਿਜ਼ਕ ਜਿਹੜਾ ਨਾ ਮਾਸ਼ਾਅੱਲਾ ਚੰਗਾ ਹੋਵੇ ਤਾਂ ਹਰ ਬੰਦਾ ਹੀ ਵੇਖ ਕੇ ਆਉਂਦਾ ਵੀ ਕਿਆ ਹੀ ਬਾਤ ਹੈ। ਇੱਥੇ 20 ਪੁੱਜੀਆਂ ਨੇ ਝੋਟੀ ਦੀਆਂ ਬੰਤਰਾਂ, ਝੋਟੀ ਦੀਆਂ ਸੋਹਣੀਆਂ, ਖੁੱਡਾ ਪੁੱਠਾ ਥਣ ਬੜਾ ਕਮਾਲਾਂ ਦਾ ਲੱਗਿਆ ਅਤੇ ਮੁਕੰਮਲ ਜੱਤਲ ਪਿਓਰ ਨੀਲੀ ਦੀ ਰਾਣੀ ਹੈ। ਇੱਥੇ ਸਿਰ ਦੀ ਤਸੱਲੀ ਕਰਨੀ ਜਨਾਬ, ਬਿਲਕੁਲ ਕਿੰਗਰੀ ਵਾਲਾ ਸਿੰਘ ਛੋਟਾ ਅਤੇ ਯਕੀਨ ਮੰਨੋ ਕਿ ਵੇਖ ਕੇ ਬੜਾ ਦਿਲ ਰਾਜ਼ੀ ਹੋਇਆ ਅਤੇ ਅੱਲਾਹ ਤਾਲਾ ਚਾਹਵੇ ਜਿਹਨੂੰ ਬਖਤ ਲਾਵੇ। ਅਤੇ ਸਿਆਣੇ ਆਉਂਦੇ ਨੇ ਕਿ ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਨੇ ਅਤੇ ਚੜ੍ਹਦਾ ਹੀ ਤਪਦਾ ਅਤੇ ਜੇ ਝੋਟੀ ਦੇ ਕੋਲ ਕੁਛ ਹੈ ਤਾਂ ਆਪਣਾ ਬੁਖਾਰ ਹੀ ਹੈ। ਥੱਲੇ ਦੇ ਜਾ ਕੀ ਇਹ ਜਨਾਬ ਥੱਲੇ ਕਾਲਾ ਕੱਟਾ ਜੇ, ਬਾਕੀ ਝੋਟੀ ਦਾ ਕੱਦ ਬਹੁਤ ਵੱਡੇ ਜੋੜਾਂ ਦੀ ਮਾਸ਼ਾਅੱਲਾ। ਇਹਨੂੰ ਛੱਡੇ ਨਾ ਮਾੜਾ, ਛੱਡ ਕੇ ਤੋਰ ਕੇ ਵਹਾਵੇ ਨਾ। ਮੋੜ ਲਿਆ ਇੱਧਰ ਨੂੰ ਜਾਣ ਦੇ ਮੈਦਾਨ 'ਚ ਦੂਜਣ ਝੋਟੀ, ਕਿਆ ਹੀ ਬਾਤ ਹੈ ਜੀ ਮਾਸ਼ਾਅੱਲਾ। ਇਹ ਖੁੱਲ੍ਹੀ ਟੋਰ ਇੱਧਰ ਛੱਡਦੇ ਥੱਲੇ ਧੋਣ, ਛੱਡ ਕੇ ਛੱਡਣ ਦੇ। ਸਿਆਣੇ ਬੰਦੇ ਆਉਂਦੇ ਨੇ ਕਿ ਨੀਲੀ ਦੀ ਮੈਂ ਦੀ ਪਛਾਣ ਹੈ, ਜਦੋਂ ਸਿਰ ਸੱਟ ਕੇ ਟੁਰੇ ਨਾ ਅਤੇ ਲੱਗ ਪਤਾ ਜਾਂਦਾ ਅਤੇ ਝੋਟੀ ਬਿਲਕੁਲ ਜੀ ਸਿਰ ਸੱਟ ਕੇ ਟੁਰਦੀ। ਇਹ ਪੂਰੇ ਕੋਠੇ ਜਿੱਡੀ ਜਨਾਬ ਝੋਟੀ ਲਾਮ ਪੂਰੀ 11 ਫੁੱਟ ਅਤੇ ਕਿਆ ਹੀ ਕਹਿਣੇ ਨੇ ਬਾ ਮੱਝ ਨੂੰ ਆਪੇ ਮੁੜਨ ਦੇ ਯਾਰ, ਨਾ ਨਾ ਛੱਡ ਦੇ। ਬੂਰੀ ਕੈਲੀ ਸਾਦੇ ਜੇ, ਬੂਰੀ ਸਾਦੇ ਜੇ ਰੱਤੀ ਕੈਲੀ ਮਾਸ਼ਾਅੱਲਾ ਜੀ ਮਾਸ਼ਾਅੱਲਾ, ਕਿਆ ਚਗੱਠ ਹੈ ਮੈਂ ਦਾ। ਵੇਖੋ ਜੀ ਜਿਹਦੇ ਨਸੀਬਾਂ 'ਚ ਅੱਲਾ ਪਾਕ ਨੇ ਦਾ ਦਾਣਾ ਪਾਣੀ ਲਿਖਿਆ ਉਹਨੇ ਹੀ ਖਰੀਦਦਾਰੀ ਕਰਨੀ ਹੈ। ਬਾਕੀ ਥਣ ਬੜਾ ਕਮਾਲ ਦਾ, ਖਾਲਸ ਦੁੱਧ ਵਾਲਾ ਬਹਾਨਾ ਅਤੇ ਸੋਹਣੀਆਂ ਬੰਤਰਾਂ ਨੇ ਝੋਟੀ ਦੀਆਂ। ਇੱਥੇ ਜਨਾਬ ਤਸੱਲੀਆਂ ਕਰਨੀਆਂ ਨੇ, ਬਿਲਕੁਲ ਜੀ ਵੱਖੀ ਹੈ ਹੀ ਕੋਈ ਨਹੀਂ। ਵੱਖੀ ਜਾ ਰਾਤ ਚੈੱਕ ਕਰਾਵੇ ਨਾ ਵੱਖੀ, ਹਾਂਜੀ ਅਤੇ ਚੋਣ ਚੂਣ ਕੀ ਹੋ ਜਾਇਆ ਚਾਚੇ ਪੋਲਾ, ਅਤੇ ਕੀ ਇਹਦਾ ਆਪਣਾ ਲੇਖਾ ਲੁਖਾ ਲੈਣਾ, ਜਿੰਨੇ ਦੀ ਮੱਝ ਆਪ ਆਖੀ ਉਹਨੇ ਦੀ ਹੈਂ।
ਕੋਈ ਪੱਕੀ ਪਿੱਠੀ ਜੀ ਆਵਾਜ਼ ਦੇ ਯਾਰ, ਜੇ ਕੋਈ ਬਣਦੀ ਜੁੜਦੀ ਹੈ, ਕਿੰਨੇ ਕਿੰਨੇ ਰੁਪਈਏ ਕਿੰਨੇ ਲੈਣੇ ਨੇ ਚੋਟੀ ਦੇ? ਯਾਰ 8 ਲੱਖ ਰੁਪਈਆ ਬਹੁਤ ਜ਼ਿਆਦਾ ਹੈ, ਅਤੇ ਤੇਰੇ ਤਾਂ ਮੁੱਲ ਹੀ ਬਹੁਤ ਚੌਖੇ ਹੁੰਦੇ ਨੇ, ਕਿਹੜੇ ਪਾਸੇ ਬੰਦਾ ਜਾਵੇ ਹੈ? ਮੈਂ ਵੀ ਚੰਗੀ ਹੁੰਦੀ, ਮੈਂ ਚੰਗੀ ਹੁੰਦੀ ਤਾਂ ਹੀ ਚੌਖੇ ਮੁੱਲ ਕਰਨਾ। ਉਹ ਵੀ ਮੈਂ ਗੱਬਣ ਇੱਕ ਸੂਪ ਹੀ, ਉਹ ਵੀ ਚੈੱਕ ਕਰਾਵੇ ਨਾ ਦੋਵਾਂ ਦਾ, ਫਿਰ ਤੇਰੇ ਕੋਲ ਰੇਟ ਪੁੱਛਦੇ ਹਾਂ ਜਾਣ ਲਓ। ਇੱਕ ਹੋਰ ਬੜੀ ਸਰਦਾਰ ਝੋਟੀ ਜੀ, ਮਾਸ਼ਾਅੱਲਾ, ਬਾਕੀ ਵੀਆਂ ਹੀ ਪੁੱਜੀਆਂ ਨੇ ਇੱਥੇ, ਭਰਾਵਾਂ ਨੇ ਤਸੱਲੀਆਂ ਕਰਨੀਆਂ ਨੇ। ਮਾਸ਼ਾਅੱਲਾ ਜੀ, ਕਿਆ ਭਾਂਡਾ ਅੱਲਾ ਪਾਕ ਨੇ ਲਾਇਆ, ਬਹੁਤ ਵੱਡੇ ਜੋੜਾਂ ਦੀ ਮੈਂ ਜੀ, ਜਿਹੜਾ ਵੀ ਖਰੀਦਦਾਰੀ ਕਰੇ ਅੱਲਾ ਪਾਕ ਉਹਦੇ ਨਸੀਬਾਂ 'ਚ ਕਰੇ। ਅਤੇ ਬਾਕੀ ਜਨਾਬ, ਝੋਟੀ ਦੀਆਂ ਬੰਤਰਾਂ ਸ਼ਾਹ ਕਾਲੀ ਮੁਸ਼ਕਣ ਹੈ, ਲਿਬਾਸ ਜਿਹੜਾ ਨਾ ਅੱਲਾ ਮੇਰੇ ਦੇ ਹੁਕਮ ਨਾਲ ਧੁੰਨੀ ਤੋਂ ਲੈ ਕੇ ਅਤੇ ਸਾਰ ਤਿਕਰ ਥਣ ਬੜਾ ਕਮਾਲ ਦਾ, ਛੋਟਾ ਛੋਟਾ ਜੀ ਇੱਥੇ ਕਿੰਗਰੀ ਵਾਲਾ ਸਿੰਘ ਅੱਗੋਂ ਬਰੀਕ ਜਨਾਬ ਬਿਲਕੁਲ ਗਰਦਨ ਨੇ, ਸੋਹਣੀਆਂ ਝੋਟੀ ਦੀਆਂ ਬੰਤਰਾਂ। ਇਹਨੂੰ ਕਹਿੰਦੇ ਨੇ 2 ਫੁੱਟ ਚੌੜਾ ਹੈ। ਕੁਸ਼ਲ ਚੈੱਕ ਕਰਾਵੇ ਨਾ, ਮੈਂ ਦੀ ਉਂਝੋ ਤਾਂ ਮੈਂ ਬੜੀ ਸੰਭੀ ਹੋਈ ਹੈ, ਬਰੀਕੀਆਂ 'ਚ ਬਿਲਕੁਲ ਜੀ ਬਰੀਕ ਹੈ। ਕਿਨਵਾ ਸੁਬਾ ਸੂਈ ਥੱਲੇ ਜਾ ਜਾਂਦੇ ਕੀ? ਬੋਲਾ ਕੱਟਾ ਦਿੱਤਾ ਜੀ ਬਿਲਕੁਲ। ਹਾਂਜੀ, ਇਹਨੂੰ ਵੀ ਕਿਧਰੇ ਅਸੀਂ ਪੈੜਾ ਕੱਢ ਦੇਵੇ ਨਾ, ਮਾੜੀ ਜੀ ਟੋਰ ਕੇ ਵਹਾਈਏ ਹੈ, ਫਿਰ ਆ ਕੇ ਲਾ ਲਈ ਉੱਤੇ। ਬਾਕੀ 2-2 ਫੁੱਟ 'ਤੇ ਜਨਾਬ ਝੋਟੀ ਦੀਆਂ ਜਿਹੜੀਆਂ ਨੇ ਨਾ ਵਿਰਲਾਂ, ਛੱਡ ਦੇ ਬਸ ਖੁੱਲ੍ਹੀ ਛੱਡ ਦੇ, ਆਪੇ ਜਾਣ ਦੇ ਰਾਜਾ ਉਰਲੇ ਪਾਸੇ। ਮਾਸ਼ਾਅੱਲਾ ਜੀ, ਪੂਰੀ ਭਲਵਾਨ ਝੋਟੀ ਲੈ ਇੱਧਰ ਮੋੜ ਅੱਗੋਂ, ਅੱਲਾ ਦੇ ਹੁਕਮ ਨਾਲ ਇਹ ਜਿਹੜੀਆਂ 26-26, 27-27 ਕਿਲੋ ਦੁੱਧ ਕਰਨ ਵਾਲੀਆਂ ਗੱਲਾਂ ਨਾਲ ਨਹੀਂ, ਇਨਸ਼ਾਅੱਲਾ ਤਾਲਾ ਝੋਟੀ ਦੇ ਕੋਲੇ ਕੁਛ ਹੈ। ਲਓ ਜੀ, ਮਾਸ਼ਾਅੱਲਾ ਅਜ਼ਾਨ ਆਉਣ ਲੱਗ ਪਈ ਸੀ, ਕੋਈ ਬ੍ਰੇਕ ਲਈ ਹੈ। ਅਤੇ ਕੀ ਨਾਮ ਵਸੀਮ ਹੈ ਤੇਰਾ? ਸ਼ਰਾਫਤ। ਇਹ ਸ਼ਰਾਫਤ, ਕਿਨਵਾ ਸੁਬਾ ਸੂਈ ਤੇਰੀ ਮੱਝੀ? ਦੂਸਰਾ ਸੁਬਾ ਸੂਈ ਜੀ। ਭਾਵੇਂ ਚੌਥਾ ਸੁਬਾ ਹੋਵੇ ਕਰਮ ਵਾਲਿਆ, ਤੂੰ ਦੂਸਰਾ ਹੀ ਆਖੀ। ਮਾਸ਼ਾਅੱਲਾ ਜੀ, ਇੱਥੇ ਮੇਰੇ ਭਰਾਵਾਂ ਨੇ ਤਸੱਲੀ ਕਰਨੀ ਵੀ ਦੂਜੇ ਨੇ ਕਿ ਤੀਜੇ ਨੇ, ਬਾਕੀ ਕਿਆ ਬਾਤ ਹੈ ਜੀ। ਮਾਸ਼ਾਅੱਲਾ, ਜਿੱਡੀ ਵੱਡੀ ਮੈਂ ਕੋੜੀ ਮੈਂ ਦੀ ਹੈ ਹੀ ਕੋਨੀ ਜੀ, ਬਿਲਕੁਲ ਇੱਕ ਬੁੱਕੀ ਦੀ। ਤੇ ਅੱਲਾ ਦੇ ਹੁਕਮ ਨਾਲ ਵਲੈਤੀ ਮੈਂ, ਪੂਰੀ ਵਲੈਤੀ, ਧੁੰਨੀ ਥੱਲੇ ਮੈਂ ਦੇ ਹੈ ਹੀ ਕੋਨੀ, ਜਿੱਡੀ ਸਰਦਾਰ ਮੱਝੀ ਹੈ ਜਨਾਬ। ਅੱਲਾ ਪਾਕ ਨੇ ਬੜੇ ਵਕਤ ਲਾਏ ਨੇ, ਅਤੇ ਕਿਆ ਹੀ ਕਹਿਣੇ ਨੇ, ਇਹੋ ਜਿਹੀਆਂ ਮੱਝੀ ਜਿਹੜੀਆਂ ਨਾ ਜਿਗਰੇ ਨਾਲ ਲਈਆਂ ਜਾਂਦੀਆਂ ਨੇ ਇਨਸ਼ਾਅੱਲਾ ਤਾਲਾ, ਅਤੇ ਬਾਕੀ ਜਿਹਨੂੰ ਰੱਬ ਦੇਵੇ ਜੀ। ਅੱਛਾ ਵਸੀਮ ਭਰਾ, ਸਾਰੀਆਂ ਇਹਦੀਆਂ ਚੀਜ਼ਾਂ ਵਹਾਤੀਆਂ ਨੇ, ਥਣਾ ਛਣਾ ਦੀਆਂ ਵੰਡਾਂ ਸੋਹਣੀਆਂ ਨੇ, ਹੈਂ? ਅਤੇ ਕੀ ਮੱਝੀ ਦਾ ਮੁੱਲ ਛੁੱਲ ਕਰਨਾ ਹੈ? ਤੂੰ ਕਰ ਜਿਹੜਾ ਕਰਨਾ, ਕਿਹੜਾ ਮੰਗਣ ਤੇ ਕੋਈ ਪਾਬੰਦੀ ਹੈ? ਤੂੰ ਦੱਸ ਕਿੰਨਾ ਮੁੱਲ ਕਰਨਾ ਹੈ? ਅੱਛਾ ਅੱਛਾ, ਤੇਰਾ ਕਹਿਣ ਦਾ ਮਕਸਦ ਹੈ ਵੀ ਜਿਗਰੇ ਨਾਲ ਮੈਂ ਲੈਂਦੇ ਜੇ, ਹੈਂ? ਅੱਛਾ ਬਿਲਕੁਲ ਜੀ, ਜਿਵੇਂ ਸਿਆਣੇ ਆਖਦੇ ਨੇ ਨਾ, ਲਾਲ ਜਿਹੜੇ ਗੋਤੜੀਆਂ 'ਚ ਵੀ ਸਿਆਪ ਜਾਂਦੇ ਨੇ, ਤੇ ਅੱਲਾ ਦੇ ਹੁਕਮ ਨਾਲ ਝੋਟੀ ਦੇ ਕੋਲੇ ਕੁਛ ਹੈ, ਬਿਲਕੁਲ ਭਲਵਾਨਾ ਰੰਗੀ। ਉਹ ਤੂੰ ਮੁੱਲ ਮੰਗ ਕੀ ਯਾਰ, ਕਿਉਂ ਡਰਦਾ ਪਿਆ? ਜਿਹੜਾ ਮੰਗਣਾ ਹੀ ਮੰਗ, ਗੱਲ ਤਾਂ ਖੋਲ ਕਿ ਪਰਦੇ 'ਚ ਰੱਖਣੀ ਹੂੰ? ਤੂੰ ਖੋਲ ਦੇ ਆਪਦੇ ਪੁੱਛਦੇ ਨਾ ਲਿਜਾਣੀ, ਜਿੰਨੇ ਵੱਜ ਵਜਾ ਕੇ ਲਿਜਾਣੀ, ਤੂੰ ਕਿੰਨੇ ਰੁਪਈਏ ਕਿਹੜੇ ਤੇਰੇ? ਮੈਂ ਤੈਨੂੰ ਕੋਈ ਪਾਬੰਦੀ ਯਾਰ, 14 ਲੱਖ ਰੁਪਈਆ ਲੈ, ਆਹ ਗੱਲ ਤਾਂ ਹੋਈ ਨਾ, ਮੰਗਣ ਨੂੰ ਭਾਵੇਂ ਤੂੰ 20 ਲੱਖ ਮੰਗ ਲੈ, ਮੰਗਣ 'ਤੇ ਕਿਹੜਾ ਰੌਲਾ ਹੈ?
ਡੰਗਰ ਹੀ ਚੰਗਾ ਮਾਸ਼ਾਅੱਲਾ ਚੰਗੀ ਝੋਟੀ ਚਾਚਾ ਮੈਂ ਕਿਉਂ ਬਾਜ਼ਾਰ ਬੈਠਾ ਉਹ ਮੁੱਲ ਓਪਨ ਨਹੀਂ ਕਰਦਾ ਪਿਆ ਮੈਂ ਤੂੰ ਮੁੱਲ ਮੰਗ ਹਰ ਬੰਦੇ ਨੇ ਆਪਦਾ ਪੁੱਛਦਾ ਕਰਨਾ ਹੈ ਕੋਈ ਤੇਰੀ ਮੱਝੀ ਨੂੰ ਇਹ ਨਾ ਆਖੇਗਾ ਵੀ ਮਾੜੀ ਹੈ ਅੱਲਾ ਦੇ ਹੁਕਮ ਨਾਲ ਹਰ ਪਾਸੋਂ ਪੂਰੀ ਤੇ ਬਾਕੀ ਇਹ ਵੀ ਕੋਈ ਫਾਈਨਲ ਜੀ ਗੱਲ ਜਿੰਨੇ ਚ ਆਪਾਂ ਦੇਣੀ ਕਿ ਲਕੀਰ ਖਿੱਚ ਦਿੱਤੀ ਮੈਂ ਇੰਨੇ ਦੀ ਹੈ ਬਾਕੀ ਵਸੀਮ ਜਾਂ ਆਪਣਾ ਸ਼ਰਾਫਤ ਇੱਕ ਤੇਰੀ ਮੈਂ ਗੱਲ ਵੇਖੀ ਜਿੱਥੇ ਤੂੰ ਲਕੀਰ ਮਾਰ ਦੇਵੇਂ ਉੱਥੋਂ ਪਟਿੰਦਾ ਘੁੰਮਣੀ ਇਵੇਂ ਕਿ ਨਹੀਂ ਹੈ ਬਾਈ ਸਿਰ ਦਿੰਦੀ ਪਈ ਤੇ ਕਿੰਨਾ ਕੁ ਦੁੱਧ ਕਰੇਗੀ ਇਨਸ਼ਾਲਾ ਯਾਰ ਰਾਜੀ ਹਾਂ ਤੇਰੇ ਤੇ ਮਾਸ਼ਾਅੱਲਾ ਹੈ ਤੇ ਕੋਈ ਪੱਕੀ ਪਿੱਠੀ ਜੀ ਹੈ ਗੱਲ ਤੇ ਸੁਣਾ ਦੇ ਕਿ ਨਹੀਂ ਉਹ ਹੁਕਮ ਸਾਡਾ ਕਾਹਦਾ ਹੋਣਾ ਅੱਲਾ ਦਾ ਹੀ ਹੈ ਤੂੰ ਆਵਾਜ਼ ਦੇ ਵੀ ਇੰਨੇ ਦੀ ਮੈਂ ਮੱਝੀ ਦੇਣੀ ਹੈ ਭਰਾਵਾਂ ਦੇ ਸ਼ੌਕ ਪੂਰੇ ਕਰਾਈਂਦੇ ਨੇ ਬਾਕੀ ਚੀਜ਼ ਮਾਲਕਾਂ ਦੀ ਹੈ ਜੀ ਜੋ ਮਰਜ਼ੀ ਰਿਜ਼ਕ ਮਾਲਕਾਂ ਦਾ ਜੋ ਮਰਜ਼ੀ ਮੰਗੀ ਜਾਣ ਤੇ ਮਾਲ ਮਾਲ ਦੇ ਮੁੱਲੀ ਵਿਕਦਾ ਹੈ ਤੇ ਜਿਹੜੇ ਮੇਰੇ ਭਰਾ ਸ਼ੌਕ ਕਰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੈਂ ਸਿਰ ਫਿਰ ਵਹਾਣਾ ਕਿਉਂਕਿ ਕੋਈ ਮੇਰਾ ਭਰਾ ਇਹ ਨਾ ਆਖੇ ਵੀ ਯਾਰ ਕੋਈ ਸਿਰ ਵਹਾਣ ਚ ਕਮੀ ਰਹਿ ਗਈ ਹੈ ਆਉਣਾ ਸੱਚਿਆ ਤੂੰ ਆਉਣਾ ਮੈਂ ਖਲੋਤੀ ਇਹਦਾ ਸਿਰ ਹੋਰ ਹਿਸਾਬ ਦਾ ਹੈ ਹੁਣ ਕੀ ਆਹ ਕਰਮ ਵਾਲਿਆ ਕੋਈ ਬੋਲ ਪੈ ਹੁਣ ਇੱਥੇ 13:30 ਤੇ ਬ੍ਰੇਕ ਲਾ ਗਿਆ ਕੋਈ ਮਾੜੀ ਆਵਾਜ਼ ਦੇ ਦੇ ਪੱਕੀ 13:30 ਜੇ ਮੁੜ ਪੁੱਛਿਆ ਫਿਰ 13:30 ਹੈ ਅੱਛਾ ਚੱਲ ਅਸੀਂ ਹੋ ਮੈਨੂੰ ਫਿਰ ਮੇਰਾ ਦਿਲ ਨਹੀਂ ਕਰਦਾ ਪਿਆ ਮੈਂ ਫਿਰ ਦੁਬਾਰਾ ਵਹਾ ਦਿਆਂ ਭਰਾਵਾਂ ਨੂੰ ਹੈ ਇੱਥੇ ਜੀ ਮਾਸ਼ਾਅੱਲਾ ਬਿਲਕੁਲ ਭਰਾ ਨੂੰ ਕਾਰੇ ਨੂੰ ਲਓ ਜੀ ਅਗਰ ਕਿਸੇ ਮੇਰੇ ਦੋਸਤ ਵੀਰ ਦੇ ਪਸੰਦ ਆਵੇ ਤੇ ਸਾਡੇ ਨਾਲ ਅਟੈਚ ਹੋ ਕੇ ਇਹਦੀ ਖਰੀਦਦਾਰੀ ਕਰ ਸਕਦੇ ਜੇ ਅਗਰ ਵੀਡੀਓ ਚੰਗੀ ਲੱਗੇ ਤਾਂ ਵੀ ਮੇਰੇ ਭਰਾਵਾਂ ਨੇ ਦੱਸਣਾ ਹੈ ਤੇ ਬਾਕੀ ਮੱਝੀ ਤਾਂ 20-20 ਲੱਖ ਦੀਆਂ ਵੀ ਵਿਕੀ ਜਾਂਦੀਆਂ ਨੇ ਜਿਹੜੇ ਬੰਦੇ ਲੈਂਦੇ ਨੇ ਸ਼ੌਕ ਕਰਦੇ ਨੇ ਤੇ ਇਹਨਾਂ ਦਾ ਮਾਲ ਹੈ ਤੇ ਹੁਣ ਆ ਬੁਰੀ ਦਾ ਦੱਸ ਇਹਦਾ ਕੀ ਹੈ ਇਹਦਾ 8 ਪੱਕਾ ਹੀ ਹੈ ਆ ਕੋਈ ਖਰਚਾ ਪਾੜਾ ਛੱਡ ਦੇ ਬੰਦਿਆਂ ਨੂੰ ਸੈ ਕਿਰਾਏ ਪੈ ਜਾਂਦੇ ਨੇ ਤੇ ਕੋਈ ਥੋੜ੍ਹੀ ਜਿਹੀ ਗੁੰਜਾਇਸ਼ ਕੱਢ ਹੈ 20,000 ਛੱਡੇਗਾ 7,80,000 ਦੀ ਲਓ ਜੀ 7,80,000 ਦੀ ਬੂਰੀ ਕੈਲੀ ਇਹ ਗੁੱਜਰ ਸਾਹਿਬ ਕੀ ਸਾਦੇ ਜੀ ਬੂਰੀ ਕਿ ਕੈਲੀ ਰੱਤੀ ਬੂਰੀ ਪੂਰੀ ਮੈਡਮ ਹੈ ਫਨਕਾਰ ਜਿਹੜੇ ਤਾਂ ਮੇਰੇ ਭਰਾ ਸ਼ੌਕ ਕਰਦੇ ਨੇ ਅੱਲਾ ਦੇ ਹੁਕਮ ਨਾਲ ਸਮਝਣਗੇ ਵੀ ਵਾਕਈ ਮੱਝੀ ਨੇ ਹੈ ਤੇ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜੀ ਬਾਕੀ ਇਹ ਸੋਹਣੇ ਰੱਬ ਦੇ ਰੰਗ ਨੇ ਜਿਹਨੇ ਮਾਸ਼ਾਅੱਲਾ ਇਹੋ ਜਿਹੀਆਂ ਜਿਹੜੀਆਂ ਨੇ ਚੀਜ਼ਾਂ ਬਣਾਈਆਂ ਨੇ